किवें खंगूरे मारदा है। इह तां मैं मचाउणी आ। मैं तां जेठ नूं जी जी कहिंदी, मैं तां जेठ नूं जी जी कहिंदी, मैनूं पंज सत कह गया नी बिच दरवाजे दे, मुछां चढ़ा के बह गया नी बिच दरवाजे दे, मुछां चढ़ा के बह गया नी बिच दरवाजे दे, मुछां चढ़ा के बह गया नी बिच दरवाजे दे, मुछां चढ़ा के बह गया नी बिच दरवाजे दे। चुप कर जा, होर की भाड़दी आ हले कलैणीए। चुप कमे कर जाना, जिन्ना चिर दोनों घर च एक मरदा नी उन्ना चिर इन्हां दे काल च ठंड नी पैंदी बेशर्मां दे। ओही गल है ना, पता नहीं की आपदे आप नु भाल दियां, पता नहीं इस घर तो की ने गियां। मचो मचो सरीको, होर मचो, आया नी बोली पाई इन्हां नु। हां होर बचाइए, इधर आ सरीकणिए, आजा ला सरीकणिए, इधर आ सरीकणिए, आजा ला सरीकणिए। डेढ़ लख दा ढाई लख गोली च पा सरीकणिए, लगिया रहो। ओ संग संग मान लो चाचा, पूरा संग मान लो चाची, क्यों आवे नचार बने हो निकली बारो बनिया। ढोल चाची नू टकिया दे, रौनक जिथे लाउणिया होंदिया उथे लाई दे होंदिया, भाई घरां च नहीं बोलियां पाउंदे होंदे। असीं तां पावांगे फिर खंगूरे तेरे प्यो नू वी हटा। ओ चाची, मेरे प्यो दा तां गला खराब है, इहनू दवाई दवाउण वाली होई पई है, खंगूरे सानू देख के नहीं मारदा इह। ਉਹਦਾ ਪਤਾ ਹੀ ਆ, ਪਹਿਲਾਂ ਤਾਂ ਪੈਸਾ ਕਣੀ ਉਹ ਮਲੰਗ ਸੀ, ਹੁਣ ਤਾਂ ਡੇਢ ਲੱਖ ਆਇਆ, ਚੱਜ ਦੀ ਦਵਾਈ ਦਵਾ ਲਿਆ ਫਿਰ। ਬਾਬੂ ਤੂੰ ਤਾਂ ਚੁੱਪ ਕਰ ਜਾ, ਕਿਉਂ ਅੰਗਰੇਜ਼ ਪਵਾਉਣਾਗਾ। ਚੁੱਪ ਕਰ ਵੇ, ਬੇ ਮੇਰੀ ਗੱਲ ਸੁਣ ਲੈ, ਮੈਂ ਤਾਂ ਉੜਦੀਆਂ ਚਿੜੀਆਂ ਦੇ ਫੰਗ ਗਿਣਦਾ, ਮੈਨੂੰ ਪਤਾ ਵੀ ਤੇਰਾ ਪਿਓ ਖੰਗੂਰੇ ਨੂੰ ਖੰਗ ਉਲੇ ਕੇ ਜਾਣ ਕੇ ਮਾਰਦਾ, ਫਿਰ ਹੁਣ ਜੈ ਬੁੱਢੇ ਨੂੰ ਕੋਈ ਚੱਜ ਦੀ ਦਵਾਈ ਫੂਕੋ। ਉਹ ਦਵਾਈ ਦੀ ਮੈਨੂੰ ਲੋੜ ਨਹੀਂ, ਦਵਾਈ ਦੀ ਸੋਨੂੰ ਲੋੜ ਹੈ। ਉਹ ਬਾਪੂ, ਇਹ ਤਾਂ ਬਸ਼ਰਮ ਨੇ, ਪਰਸੋਂ ਜੋ ਕਿਤੇ ਇਹਨੂੰ ਦਵਾਈ ਰੱਜ ਨਹੀਂ ਮਿਲ ਕੇ ਹਟੀ ਹੈ। ਉਹ ਛੇਰਾ ਮੈਨੂੰ ਲੱਗਦਾ ਇੱਕ ਦੋ ਖਰਾਕਾਂ ਘੱਟ ਰਹਿ ਗਈਆਂ। ਸਹੀ ਗੱਲ ਹੈ ਤੇਰੀ। ਉਹ ਤੁਸੀਂ ਕੌਣ ਹੋ ਦਵਾਈ ਦੇਣ ਵਾਲੇ? ਇਹ ਤਾਂ ਉਹ ਗੱਲ ਹੋ ਗਈ, ਅੱਗੇ ਮੰਡੀ ਪੈਸੇ ਦੀ ਹਰ ਚੀਜ਼ ਬਕੇਂਦੀ, ਭਾ ਸੱਜਣਾ ਇੱਥੇ ਰੋਂਦੇ ਚਿਹਰੇ ਨਹੀਂ ਵਿਕਦੇ, ਹੱਸਣੇ ਦੀ ਆਦਤ ਪਾ ਸੱਜਣਾ। ਅਸੀਂ ਤਾਂ ਆਪ ਕਹਿੰਦੇ ਆ ਚਾਚਾ ਜਾ ਕੇ ਇੱਥੇ ਲਵੇ ਲਾਣੇ ਪਿੰਡਾਂ 'ਚ ਹੱਸਲੇ ਕਰੋ, ਚਾਰ ਪੈਸੇ ਬਣ ਜਾ ਕਰਨਗੇ, ਖੇਤੀ ਤਾਂ ਤੋਤੋ ਹੁੰਦੀ ਨਹੀਂ। ਉਹ ਭਾਈ, ਮੈਂ ਉਹਦੀ ਗੱਲ ਨਹੀਂ ਕਰਦਾ, ਮੈਂ ਸੋਡੀ ਗੱਲ ਕਰਦਾ। ਕੋਈ ਬੱਜੀ ਨਹੀਂ ਕਰੀ ਨਹੀਂ ਸੱਟ, ਇੱਥੇ ਰੋਂਦੇ ਚਿਹਰੇ ਵੀ ਵਿਕ ਗਏ ਡੇਢ ਡੇਢ ਲੱਖ। ਓਏ ਮੇਰੀ ਗੱਲ ਸੁਣਾ, ਹੁਣ ਤੁਸੀਂ ਆਪਦਾ ਕੰਮ ਕਰੋ, ਅਸੀਂ ਜਾਂਦੇ ਹਾਂ ਖੇਤ, ਇਹ ਤਾਂ ਭੰਡਾ ਨਾਲ ਦੇ ਹੋਏ ਪਏ ਆ, ਇਹਨਾਂ ਨੂੰ ਨਹੀਂ ਆਪਾਂ ਜਿੱਤ ਸਕਦੇ। ਆ ਜਾ ਬਾਪੂ, ਚੱਲੀਏ ਖੇਤ। ਇਹਨਾਂ ਦੀ ਤਾਂ ਉਹ ਗੱਲ ਹੈ, ਅੱਗੇ ਬਸ਼ਰਮਾ ਹੀ ਡੁੱਲ ਗਈ, ਦਾਲ ਜਾਣ ਤਾਂ ਭੁੰਜੇ ਖਾਣਗੇ। ਹਾਂ ਸਹੀ ਗੱਲ ਹੈ ਬਾਪੂ, ਕੰਮ ਕਰ ਲਓ, ਇਹਨਾਂ ਦਾ ਕੀ, ਇਹਨਾਂ ਦਾ ਤਾਂ ਭਾਈ ਨੱਚ ਕੇ ਵੀ ਸਰ ਜੂ। ਹਾਂ ਸਾਡੇ ਕੋਈ ਸਰ ਨਹੀਂ, ਮੇਰੀ ਮੰਮੀ ਗੋਲਡ ਮੈਡਲੀ ਸੀਗੀ ਜਵਾਨੀ ਮੇਰੇ ਗਿੱਧੇ ਦੀ, ਤੇ ਤੂੰ ਟਿੱਕ ਜਿਆ ਕਰ ਬਣ ਗਿਆ ਜੀ, ਇਹ ਕੋਈ ਨਹੀਂ ਲੋਟ ਆਉਂਦੀ। ਭਾਬੀ ਤੂੰ ਚੁੱਪ ਕਰ ਜਾ, ਇਹ ਤਾਂ ਜਹੀ ਜਹੀ ਹੈਗੀਆਂ ਭਾਈ, ਅਸੀਂ ਤਾਂ ਚੁੱਪ ਕਰ ਜਾਂਦੇ ਆਂ, ਜਿਹੜੇ ਸਰੀਕਾ ਆਇਆ ਤੇ ਲਾਉਂਦੇ, ਅਸੀਂ ਕਿਵੇਂ ਚੁੱਪ ਕਰ ਜਗੇ। ਮਾਂ ਕੱਲ ਤਾਂ ਆਪਣੀ ਸਾਰੀ ਜੀਰੀ ਲੱਗ ਗਈ, ਹਜੇ ਇੱਥੋਂ ਤੋਂ ਹਟਿਆ ਨੀਗਾ, ਤੂੰ ਤਾਂ ਸ਼ਾਣਾ ਪੈਣਾ ਗਿਆ। ਫੇਰ ਕੀ ਹੋ ਗਿਆ ਓਏ, ਲਾ ਕੀ ਜੀਰੀ? ਖਬਰਦਾਰ ਜੀ, ਤੁਸੀਂ ਨਾ ਬੋਲੋ ਸਾਡੇ ਕੰਨ 'ਚ, ਬਹਿ ਜਾਓ ਬਣਾ ਗੱਲ ਤੋਂ। ਆਇਆ ਹੁਣੇ ਆਏ ਚੰਪਲ ਦੀਆਂ ਨੇ, ਇੰਨੇ ਵਾਲੀ ਸਾਤੋਂ ਸਿਰ ਚੜਾ ਗਿਆ ਜਾਂਦੀਆਂ। ਹਾਂ ਕਿਵੇਂ ਘੜੇ ਗਏ ਖਾਲ ਦੇ? ਬਾਪੂ ਖਾਲ ਤਾਂ ਮੈਂ ਘਟਿਆ ਯਾਰ, ਮੈਂ ਤਾਂ ਅੱਗ ਜੀ ਵੀ ਲਾਉਣੀ ਸੀ, ਉੱਥੇ ਰਾਜ ਫਿਰਦਾ ਆਪਣੇ ਵਾਲਾ, ਫਿਰ ਮੈਂ ਛੱਡ ਭਰਾਂ ਜਿਹੜੇ ਵੀ ਕੋਈ ਬੋਲ ਪਾਂਗੇ, ਅਤੇ ਨਾਲੇ ਬਾਪੂ ਤੈਨੂੰ ਮੈਂ ਕਹਿਣਾ ਗਾ, ਤੂੰ ਐਵੀਂ ਮਾਂ ਵਰਗਿਆਂ ਸਾਥ ਨਾ ਦਿਆ ਕਰ, ਤੂੰ ਵੀ ਬਾਹਲਾ ਸਾਥ ਦਿੰਦਾ ਗਾ, ਕੱਲ੍ਹ ਪਰਸੋਂ ਆਪਣੇ ਕਿੰਨੇ ਰੁਪਈਏ ਲੱਗ ਕੇ ਹਟਣੇ, ਤੂੰ ਹਟਦਾ ਨਹੀਂ ਉਹਨਾਂ ਨੂੰ ਚੱਕ ਦੇਣਾ, ਉਹ ਪੰਗੇ ਲੈਣ ਨਹੀਂ ਹਟਦੀਆਂ। ਉਹ ਗੱਲ ਐ ਨਹੀਂ, ਸਾਥ ਤਾਂ ਮੈਂ ਸਹੀ ਦਿੰਦਾ, ਤੇਰੀ ਮਾਂ ਸਹੀ ਕਹਿੰਦੀ ਹੈਗੀ, ਉਹ ਜਿਹੜਾ ਹੁਣ ਡੂਢ ਲੱਖ ਰੁਪਇਆ ਆਪਾਂ ਤੋਂ ਨਜਾਇਜ਼ ਉਹਨਾਂ ਨੇ ਲੈ ਲਿਆ ਨਾ, ਉਹ ਵੀ ਨਹੀਂ ਸਾਲਾ, ਮੈਨੂੰ ਵੀ ਨਹੀਂ ਨੀਂਦ ਆਉਂਦੀ ਰਾਤ ਨੂੰ, ਉਹਨੂੰ ਤਾਂ ਕਿੱਥੇ ਆਊਗੀ। ਉਹ ਬਾਪੂ ਨੀਂਦ ਤਾਂ ਮੈਨੂੰ ਵੀ ਨਹੀਂ ਆਉਂਦੀ, ਫਿਰ ਐਂ ਆਪਾਂ ਰੋਜ਼ ਕਲੇਸ਼ ਕਰਕੇ ਤਾਂ ਆਪਣੇ ਰੁਪਈਏ ਨਿਕਲਦੇ ਨਹੀਂ, ਕੋਈ ਸਕੀਮ ਲਾਵਾਂਗੇ ਆਪਾਂ, ਜਿੱਦੇ ਇਕੱਲੇ ਟੱਕਰ ਕੇ ਨਾ ਉਦੇ ਸੱਟ ਮਾਰ ਕੇ ਆਪਦੇ ਕੋਈ ਸੱਬੀ ਸੁੱਬੀ ਬਣਾਵਾਂਗੇ, ਫਿਰ ਰੁਪਈਏ ਲੈਂਦੇ ਹੋਵਾਂਗੇ ਆਪਾਂ। ਉਹ ਇਹੀ ਤਾਂ ਤੇਰੀ ਮਾਂ ਨੂੰ ਬੌਲੀ ਨੂੰ ਸਮਝਾਉਣਾ ਵੀ ਹਜੇ ਨਾ ਤੂੰ ਬੋਲ, ਹੌਲੀ ਹੌਲੀ ਦੱਸਾਂਗੇ ਨਾ। ਇੱਕ ਜੇ 10 12 ਦਿਨ ਕੋਈ ਜ਼ਰੂਰੀ ਹੈਗਾ, ਐਂ ਤਾਂ ਹੁਣ ਪੁਲਿਸ ਵਾਲੇ ਵੀ ਕਹਿਣਗੇ ਵੀ ਇਹਨਾਂ ਦਾ ਢੰਗ ਹੀ ਫੜ ਛੱਡਿਆ, ਵੀ ਜਾਣ ਕੇ ਕਰਦੇ ਨੇ, ਕੱਲ੍ਹ ਤਾਂ ਆਪਣੇ ਦੇ ਪਰਚੇ ਪੈ ਕੇ ਹਟੇ ਨੇ, ਵੀ ਕੋਈ ਟਾਈਮ ਆਉਣ ਦੇ ਸਾਰਾ ਕੁਝ ਕਰ ਲਾਂਗੇ, ਤੂੰ ਮਾਂ ਵਰਗ ਨੂੰ ਤੂੰ ਸਮਝਾ, ਡਿੰਪਲ ਨੂੰ ਮੈਂ ਸਮਝਾ ਦੂੰਗਾ। ਠੀਕ ਆ ਠੀਕ ਆ, ਉਹ ਐ ਕਰ ਲਾਂਗੇ, ਚਲ ਐਵੇਂ ਨਾ ਬਿਨਾਂ ਗੱਲ ਤੋਂ ਬਾਹਲਾ ਬੋਲਿਆ ਕਰੋ। ਉਹ ਬਾਪੂ ਆ ਜਮੀ ਉੱਤੇ ਆ ਚੜੇ ਤਾਇਆ,
अग जी लाई सी मैं कही जाना कानू ला थी यार बांह किन्ने करचे जे अच्छा हां की कही जाते थड़े दोने जने जिवें कोई रब खान नूं ही सिड़ दू उत्तों इन्हां नूं ओ फेर भी लफेंडा दा भाई कोई भरोसा नहीं हुंदा चल कोई गल नहीं आज आपां चाह बनाउने आ दोने जने पीने आ टौर नाल बहि के आ जा खेत पी लिया मैं सुन दोनों गल समझा गौर ना सुनो मेरी गल अज ना अपने दोनों स्कीम बनाई जाते बैठे बापू अपने की बोलते ने हुण नवा खून है मशहूर मत है जो उत्थे खेत दस दिंदा मोढे ते कही सी उन्होंने चीर पा आंदा हो सही गल है बापू जी तुसी समझाई दियो बापू इन्हां कह तुसी ना मेरी गल सुनी तां मां कल्ले कह रहे उत्थे काम करदे ने आ चाचा तां अपना ही हंकार है पियागा पता नहीं कादा तां हंकार चढ़ियागा चाची तां जेहे जी हैगी सी आ चाचा भी नाल रल गया हुंदा इह तां बिमारी दे जाणा जिन्ना तां है उन्ना धरती च इह बाला वैवतां दी जड़ है चाची नाल उत्तों दी है तीवियां दा प्रतिमा उह ले नाले च नाले मेरी गल सुन बापू उही कही जाणे कि 1.5 लाख लै लै 1.5 लाख लै 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 की आपां पंजी नी बिन मतबला ही बना रखे 1.5 लाख लै लै 1.5 लाख खावरा तुसी काते ला चिंता ना करो तुसी भी बापू बोलिया ना करो इन्हां दा की है इन्हां नाल तां जिन्नी बोली जाओ उन्नी ही बोली जांदी है इन्हां ने तां नंग होणा नाल आपां नूं भी करनगे तुसी माड़ा टाला पट लिया करो रोज आडा नल लाया करो सोहणे नहीं लगदे जरूर असीं नहीं बापू लाउंदे आडे तां उह आप लाउंदियां मेरी गल सुणन नाल आ मां दी पट्टी खुल जूगी डाक्टर नूं दिखायो की कहिंदा गा डाक्टर चलो मैं बागल च गेड़ा मरिया मां मज सुण वाली देख के आऊंगा जा देख आ ठीक है बापू रोटी बणी पई आ खा लियो आ के कोई नहीं कोई चल मां बैठ जा कोई नहीं मैं तैनूं भी लिया के दिंदी पुत मेरी गल सुन जो सुकड़ो जी देख लेनी मैं पट्टी बनी हुई मेरे तो ओरी खून खौल उठता है भी इन्हें जे वी ने अपना 1.5 लाख रुपया लपा दा मम्मी जे मैं थोनू एक स्कीम दवा तो मेरी गल मनो हाँ दस मैं तो कहनी जिमें ये सट लगे ने आपके तो पैसे कढ़ा ले हाँ तो मैं कहनी मम्मी तुसी भी तिलक जो हाँ वो तो बाद थोड़ी लत ते प्लस्तर लग जू नहीं गल तो तेरी सही है देखिए आप कहे भी इन्हों ने सानू डिगया तो आप इन्हों तो पैसे कढ़ा लाँगे दुगने मेरी गल सुन आ डॉक्टर दा नंबर तो है तूनू फोन करके पुछ भी जे भला असीं आ स्कीम ला लीए भी किड्डा क वड्डा केस पई जू इन्हां ते ओ मां रहण दे थोड़े केसां केसां ने पहला कर पटका पहला खेत बापू समझा के हटाएगा चाचे मगर खूंडा लेके पै गया सीगा मां टिक जा 10-12 दिन टिक जा दुख तां मैनू भी 1.5 लाख लगेगा पर ऐ नहीं हुंदा जिवें तुसीं हुण तत्ते लक्की जांदे होगे
ਨਾਲੇ ਪੁਲਿਸ ਵਾਲੀ ਪਤਾ ਕਿੰਨੀ ਇੱਕੀ ਵੀ ਆਪਣੇ ਤੇ ਸਾਰਾ ਪਤਾ ਉਹਨੂੰ ਆਪਣੇ ਢੰਗਾਂ ਦਾ ਵੀ ਢੰਗ ਕਰਨਗੇ ਬੇ ਐਂ ਤਾਂ ਮੈਨੂੰ ਪਤਾ ਉਹ ਪੁਲਿਸ ਵਾਲੀ ਤਾਂ ਮੈਨੂੰ ਆਪ ਇੰਨਾ ਚੀ ਚੜੇ ਮੇਰਾ ਇਹ ਜੀ ਕਰੇ ਵੀ ਫੜ ਕੇ ਦੋ ਲਫੇੜੇ ਧਰ ਦੇ ਇਹਦੇ ਤੇ ਫਿਰ ਕਿਵੇਂ ਬੋਲਦੀ ਸੀ ਜਦੋਂ ਸੁਣੂ ਪਤੀ ਆ ਤੇ ਫਿਰ ਕਿਉਂ ਕਾਲੀ ਕਰ ਦਿਓਗੇ ਵੀ ਚੱਲ ਕੋਈ ਨਾ ਬੇ ਇਆਂ ਹੀ ਮੈਨੂੰ ਪਤਾ ਉਹ ਆਪੇ ਹੀ ਪੈਸੇ ਪੂਸੇ ਲੈ ਕੇ ਉਹ ਕਰ ਲੈਂਦੀਆਂ ਹੁੰਦੀਆਂ ਗੱਲ ਕਰ ਲੈਂਦਾ ਮੈਨੂੰ ਬਾਹਰ ਡਰਿਆ ਕਰ ਉਹਨਾਂ ਤੋਂ ਮੈਂ ਤਾਂ ਨਹੀਂ ਡਰਦਾ ਕੱਟ ਗਈ ਨਾ ਗੱਲ ਹੁੰਦੀ ਆ ਨਾਲ ਮੈਨੂੰ ਚਾਹ ਲਿਆ ਕੇ ਦੇ ਲਿਆ ਦਿੰਨੀ ਆ ਬੇ ਆ ਚੌਲ ਬਣੇ ਪਏ ਆ ਪਾ ਕੇ ਖਾ ਲਾ ਚੌਲ ਖਾ ਲੈ ਕਿ ਨਹੀਂ ਮੈਂ ਨਹੀਂ ਕਹਿੰਦਾ ਚੌਲ ਤੁਸੀਂ ਖਾ ਲਓ ਚਾਹ ਫਿਰ ਪਹਿਲਾਂ ਅਸੀਂ ਚੌਲ ਖਾ ਲਈਏ ਫਿਰ ਬਣਾ ਦੇਾਂਗੇ ਤੈਨੂੰ ਚਾਹ ਉਹੀ ਲੈ ਦੱਸ ਮੰਮੀ ਇਹ ਤਾਂ ਡਰੀ ਜਾਂਦਾ ਪੜੀਏ ਮੈਂ ਕਹਿੰਦੀ ਸੀ ਮੰਮੀ ਲੂਣ ਘੱਟ ਆ ਉਹ ਤਾਂ ਐ ਕਰ ਨਾਲ ਤਾਂ ਥੋੜਾ ਜਿਹਾ ਨਹੀਂ ਮੈਨੂੰ ਤਾਂ ਠੀਕ ਲੱਗਿਆ ਚੰਗਾ ਖਾ ਲਓ ਦਹੀਂ ਵੀ ਲਿਆ ਲਿਆਉਣੀ ਹੈ ਮੰਮੀ ਕੋਈ ਓਏ ਆ ਜਾ ਨਿਕਲਿਆ ਬਾਹਰ ਜਾ ਹੋਈ ਨਹੀਂ ਤਿਆਰੀ ਚਲੀ ਇੱਥੀ ਪੋਤੀਆਂ ਚ ਕਰਕੇ ਮਰਿਆ 11 ਵੱਜ ਗਏ ਓਏ ਆ ਗਿਆ ਬਾਪੂ ਯਾਰਾ ਉਹ ਨਲੇ ਉਹ ਮੋਟਰਸਾਈਕਲ ਪੁੱਛ ਰਿਹਾ ਸੀ ਕਿਸੇ ਦਾ ਉਹ ਮੈਥੋਂ ਨਹੀਂ ਭਰਾਵਾ ਰੋਜ਼ ਰੋਜ਼ ਮੰਗਿਆ ਜਾਂਦਾ ਤੈਨੂੰ ਕਿੰਨੇ ਵਾਰੀ ਕਹਿਤਾ ਵੀ ਮੋਟਰਸਾਈਕਲ ਲੈ ਲੈਨੇ ਆ ਆਪਾਂ ਤਾਂ ਟਰੈਕਟਰ ਲੈ ਜਾਾਂਗੇ ਉਹ ਚ ਸਿੱਟ ਲੈਵਾਂਗੇ ਸਾਰਾ ਸਮਾਨ ਚੱਲ ਨਾਲੇ ਬੀਜੇ ਰੇ ਲਿਆਉਣਾ ਕਣਕ ਕੁਣਕ ਬੀਜ ਲਾਂਗੇ ਉਹ ਅੱਜ ਤੇਰਾ ਆਹ ਮੋਟਰਸਾਈਕਲ ਵਾਲਾ ਵੀ ਫਾਹ ਫੱਟੀ ਦੇਣਾ ਚੱਲ ਨਾਲੇ ਏਜੰਸੀ 'ਚ ਜਾ ਆਵਾਂਗੇ ਚੱਲ ਹੋ ਖੜਾ ਤੁਰ ਹੁਣ ਚੱਲ ਗਏ ਹੋਰ ਆ ਜਾ ਚੰਗਾ ਘਰ ਦਾ ਖਿਆਲ ਰੱਖਿਓ ਠੀਕ ਹੈ ਜੀ ਚੱਲ ਵਧੀਆ ਗਾ ਹਨਾ ਕਣਕ ਜੀ ਬੀਜੀ ਜਾਓਗੀ ਛੇਤੀ ਹੋਰ ਕੁੜੇ ਕੁੱਤ ਬੀਜੀ ਜਾਵੇ ਬੱਦਲਵਾਈ ਜੀ ਹੁੰਦੀ ਆਉਂਦੀ ਹੈ ਕਰੰਟ ਹੋਣ ਤੋਂ ਵੀ ਡਰ ਲੱਗਦਾ ਜਾਏ ਵੱਡੇ ਦਾ ਇਹ ਤਾਂ ਫਿਰ ਤੈਨੂੰ ਪਤਾ ਐਸ ਮੌਕੇ ਰੱਬ ਕਰਦਾ ਹੀ ਹੁੰਦਾ ਵਾ ਹੋਰ ਚਾਰ ਦਾਣੇ ਰਲ ਜਾਂਦਾ ਆਖ ਹੋ ਜਾਂਦੀ ਹੈ ਆਓ ਕਿਵੇਂ ਆਉਂਦੀ ਹੈ ਚਾਚੀ ਫਿਰ ਮੂੰਹ ਚੱਕੀ ਉਰਾਂ ਨਹੀਂ ਮਾਂ ਤੂੰ ਨਾ ਬੋਲੀ ਚੱਲ ਕੁੜਾ ਤੂੰ ਮੈਂ ਕੀ ਬੋਲਣਾ ਹੈ ਹਨੀ ਕੀ ਮੇਰਾ ਕਾਲ ਪਾਲ ਗਿਆ ਜੈ ਵੱਡੜੀ ਹੁਣ ਚੁੱਪ ਕਰ ਚਾਚਾ ਨਹੀਂ ਮੂੰਹ ਸਮਾਰ ਕੇ ਬੋਲ ਜੈ ਵੱਡੜੀ ਕਿਹਨੂੰ ਕਹਿਣੀ ਹੈ ਅਸਾਂ ਨੂੰ ਉੱਚੀ ਉੱਚੀ ਕੀ ਸੁਣਾਉਣੇ ਮੋਟਰਸਾਈਕਲ ਲੈ ਕੇ ਆਵਾਂਗੇ ਨਹੀਂ ਹੁਣ ਜਿਹੜੇ ਸਾਡੇ ਲਈ ਪੈਸੇ ਨਾ ਉਹ ਤੁਹਾਡੇ ਟੱਪਦੇ ਤੁਰੇ ਫਿਰਦੇ ਆ ਮੋਟਰਸਾਈਕਲ ਤਾਂ ਸਾਡੇ ਪੈਸਿਆਂ ਦਾ ਹੀ ਆਊ ਪਰ ਤੇਰਾ ਕੀ ਟੁੱਟ ਗੁੱਟਾ ਤੂੰ ਬਿੰਦਕ ਤੋਂ ਬੱਖੀਆਂ ਫੜ ਕੇ ਉਰੇ ਆ ਜਾਨੀ ਆ ਸਾਡੇ ਨਾਲ ਲੜਨ ਅਸੀਂ ਚੀਜ਼ ਲਿਆਉਣੇ ਅਸੀਂ ਆਪਦੇ ਘਰੇ ਲਿਆਉਣੇ ਅਸੀਂ ਛੋਟੇ ਸਿਰੋਂ ਲਿਆਉਣੇ ਆ ਨਹੀਂ ਮੇਰੀ ਗੱਲ ਸੁਣ ਲੈ ਜਿਹੜਾ ਹਣਾ ਤੁਸੀਂ ਮੋਟਰਸਾਈਕਲ ਜਿਹਦੀ ਮਾਰਦੇ ਨਾ ਛੇਕੀ ਆ ਮੋਟਰਸਾਈਕਲ ਦੇ ਪਿਓ ਪੁੱਤਾਂ ਦਾ ਭੜਾਕਾ ਨਾ ਪਿਆ ਤਾਂ ਮੈਨੂੰ ਨਾ ਜਾਣਿਓ ਮੇਰੀ ਗੱਲ ਸੁਣ ਲੈ ਚਾਚੀ ਅਸੀਂ ਤੁਹਾਡੀ ਇੱਜ਼ਤ ਕਰਦੇ ਹੁੰਨੇ ਆ ਕਿ ਤੁਸੀਂ ਫਿਰ ਸਿਰ ਚੜ ਜਾਨੇ ਆ ਮੇਰੀ ਗੱਲ ਸੁਣ ਮਸਾ ਮਸਾ ਤੋ ਤੜਕੇ ਘਰੋਂ ਨਿਕਲੇ ਤੁਸੀਂ ਇਹੋ ਜੀਆਂ ਗੱਲਾਂ ਬੋਲਦੇ ਹੋ ਮਰਨ ਮੈਂ ਕਿਹੜੀ ਆ ਤੁਹਾਡੇ ਸਾਡੇ ਕਾਹਨੂੰ ਮਰਨ ਤੁਹਾਡੇ ਮਰਨ ਜਿਹਨਾਂ ਨੇ ਜਾਣ ਜਾਣ ਇਹ ਡਰਾਮੇ ਕੀਤੇ ਨੇਗੇ ਸਾਡੇ ਕਹੇ ਇਹੋ ਜੀਆਂ ਗੱਲਾਂ ਨਾ ਬੋਲਿਆ ਕਰ ਚਾਚੀ ਆਪਣਾ ਡਰਾਮੇ ਕਾਲੀ ਜੀ ਵਾਲੀ ਆ ਤੁਹਾਡੇ ਹੀ ਮਰ ਜਾਣ ਹਾਂ ਸਾਡੇ ਕਾਹਨੂੰ ਮਰਨ ਕੋਈ ਨਹੀਂ ਹੁਣ ਤੈਨੂੰ ਡਰਾਮੇ ਦਾ ਪੈਂਤਰਾ ਦਿਖਾਉਂ ਮੈਂ ਕੋਈ ਨਾ ਗੱਲ ਚਾਚੀ ਬਸ ਤੂੰ ਸਾਡੇ ਕਹੇ ਆਉਂਦੀ ਕੀ ਲੈ ਇੰਨੀ ਸ਼ਰਮ ਕਿਉਂ ਆ ਤੂੰ ਤੇਰੀ ਬੀੜੀ ਨਾਲ ਤੁਹਾਡੀ ਮੈਂ ਸੱਸ ਨੂੰ ਆਂਦੀ ਸਮਾਰ ਕੇ ਲਾਹੂੰ ਕੋਈ ਨਹੀਂ ਲਾ ਲਈ ਜਿਹੜੀ ਲੈਣੀ ਆ ਸਾਡੇ ਘਰੇ ਨਾ ਆਇਆ ਕਰ ਮੈਂ ਤਾਂ ਤੁਹਾਡੇ ਘਰੇ ਫਿਰ ਤੁਸੀਂ ਕਿਉਂ ਉੱਚੀ ਉੱਚੀ ਬੋਲਦੀ ਹੋਗੀ ਆ ਅਸੀਂ ਆਪਦੇ ਘਰੇ ਹੁਣ ਬੋਲੀਏ ਵੀ ਨਾ ਮੇਰੀ ਗੱਲ ਸੁਣ ਲੈ ਜਿਹੜੀ ਗੱਲ ਕਰ ਰਹੀ ਸੱਸ ਨੂੰ ਅੰਦਰ ਵੜ ਕੇ ਕਰਿਆ ਕਰੋ ਕੀ ਗੱਲ ਹੈ ਡਰ ਮਾਰਿਆ ਤੁਹਾਡਾ ਕੋਈ ਆ ਫਿਰ ਮੇਰਾ ਨਾਂ ਕਿਉਂ ਲੈਣੀ ਆ ਵਿੱਚ ਸਾਨੂੰ ਉੱਚੀ ਉੱਚੀ ਜਾਣ ਕੇ ਸਿਖਾਉਣੀ ਹੋਈ ਅਸੀਂ ਕੋਈ ਨਹੀਂ ਸੁਣਾਉਂਦੇ ਸਾਡੇ ਤਾਂ ਭਾਈ ਬੰਦਿਆਂ ਨੇ ਘਰੋਂ ਗਏ ਨੇ ਕਿ ਕੰਮ ਤੇ ਜਾਣੇ ਹੀ ਆ ਕਿਹੜਾ ਤੁਹਾਡਾ ਕੋਈ ਠੇਕਾ ਭਰਿਆ ਨਹੀਂ ਅਸੀਂ ਹੌਲੀ ਬੋਲੀ ਦੇ ਨਾ ਦੁਨੀਆ ਦੇ ਮੋਟਰਸਾਈਕਲ ਆਉਂਦੇ ਇਹਨਾਂ ਦੇ ਕੋਈ ਅਲੋਕਾਰੀ ਆਉ ਮੋਟਰਸਾਈਕਲ ਕਾਹਨੂੰ ਕਿਸੇ ਨੇ ਦੇਖਿਆ ਅਸੀਂ ਘਰੇ ਗੱਲ ਵੀ ਨਾ ਕਰੀਏ ਹੁਣ ਤੂੰ ਤਾਂ ਕੰਦਾ ਨਾ ਲੱਗਦਾ ਉੱਥੇ ਖੜ ਜਾਂਦੀ ਆ ਮੂੰਹ ਸਾਹਮਣੇ ਸੁਣਨ ਨੂੰ ਅਹੰਕਾਰੀਆਂ ਹੋਈਆਂ ਤੂੰ ਕਰ ਅੰਦਰ ਹਾਂ ਤੁਸੀਂ ਕਿਹੜਾ ਕੰਦਾ ਨਾ ਲੱਗਦੀਆਂ ਨਹੀਂ ਆ ਤੇਰੀ ਨੂੰ ਹੋਰ ਕੋਈ ਕੰਮ ਨਹੀਂ ਸਾਰਾ ਦਿਨ ਉੱਥੇ ਬੇਟਕਾ ਲੈਂਦੀ ਤੁਰੀ ਫਿਰਦੀ ਤੇਰੇ ਦਾ ਪਤਾ ਨਹੀਂ ਕੀ ਗੰਭੀਰ ਉੱਠਦਾਗਾ ਸਾਡੀ ਗੱਲ ਸੁਣ ਕੇ ਉਹਦੀ ਇਧਰ ਨੂੰ ਭੱਜੇ ਹੋਣੀਆਂ ਪਤਾ ਨਹੀਂ ਕੀ ਹੋਇਆ ਇੱਥੇ ਤੇਰੇ ਬੋਲ ਜੀ ਦੇਖ ਲੈ ਕਿਵੇਂ ਬੋਲਦੀ ਆ ਤੂੰ ਤਾਂ ਮੈਂ ਕਹਿਣ ਗਿਆ ਇੱਥੇ ਗੋਰੀ ਫੁੱਟ ਵਰਗੀ ਐ ਨਹੀਂ ਦੇ ਬੱਚੀ ਬਣੀ ਐ ਕਾਲ ਕਲਾਸ ਮੇਰੀ ਗੱਲ ਸੁਣ ਚਾਚੀ ਤੂੰ ਤਾਂ ਹੈਗੀ ਚਾਂਬਲੀ ਹੋਈ ਐਵੇਂ ਮੇਰੀ ਮਾਂ ਨਾਲ ਆ ਦੇਂਗੀ ਸਿਰ ਦੁਖਣ ਇਹ ਤਾਂ ਬਿਮਾਰਾ ਤੂੰ ਤਾਂ ਘੋੜੇ ਵਰਗੀ ਪਈਆਂ ਹਾਂ ਕਿ ਘੋੜੇ ਥੋੜੇ ਕੀ ਸੂਲ ਹੁੰਦਾ ਹੈਗਾ ਸਾਡੇ ਤਾਂ ਸੂਲ ਹੋਵੇ ਤੇ ਬੋਲਣ ਚ ਕੋਈ ਚਿਪਦੀ ਤਾਂ ਹੈ ਨਹੀਂ ਇੱਕ ਤੋਂ ਇੱਕ ਵੱਧ ਕੇ ਬੋਲਦੀਓ ਦੋਨੇ ਜਾਣੀਆਂ ਅਰੇ ਤੂੰ ਟਾਉਣੀ ਆ ਕੇ ਅਸੀਂ ਕਿਹੜੇ ਕਰ ਜਾਂਦੇ ਆ ਹਾਂ ਨਾ ਮੇਰੇ ਘਰ ਕਮ ਤੈਨੂੰ ਪੈਰ ਵੀ ਨਹੀਂ ਪਾਉਣ ਦਿੰਦੀ ਤੂੰ ਕਿਵੇਂ ਆਉਣੀ ਆ ਤੂੰ ਕਾਹਤੋਂ ਮੈਂ ਤਾਂ ਆਈ ਆ ਫਿਰ ਤੂੰ ਰੋਕੀ ਮੇਰੀ ਗੱਲ ਸੁਣ ਬੋਲ ਕੇ ਦੇਖੀ ਕੋਈ ਚਾਚੀ ਉਹਨਾਂ ਚਿਰ ਨਿਹੜਦੀ ਉਹ ਚਾਚਾ ਤੇ ਹਰਜੀਤ ਤਾਂ ਟਿਕ ਗਏ ਸੀ ਉਹਨਾਂ ਦੇ ਬੱਜੇ ਨਾ ਚਾਰ ਚਾਰ ਪਟੇ ਇਹ ਰਹੇ ਕੀ ਪਟਿਆ ਤਾਂ ਨਹੀਂ ਅਸਲ ਵਿੱਚ ਗਲਤੀ ਅਸੀਂ ਕੀਤੀ ਜਿਹੜਾ ਤੇਰਾ ਨਾਂ ਨਾ ਧਰਿਆ ਜੇ ਤੇਰੇ ਪਏ ਹੁੰਦੇ ਪੁੜਿਆਂ ਤੇ ਚਾਰ ਪਟੇ ਕਾਹਨੂੰ ਬੋਲਦੀ ਚਾਚੀ ਕੋਈ ਨਹੀਂ ਪਟੇ ਤੁਹਾਡੇ ਵੀ ਪਵਾਉਂ ਤੁਹਾਡੇ ਸਾਰੇ ਟੱਬਰ ਦੇ ਨਾਂ ਪਟੇ ਪਵਾਏ ਤੂੰ ਕੀ ਕਰੇਗੀ ਤੁਹਾਡੇ ਨਾਨੀ ਯਾਦ ਕਰਾ ਦੂੰ ਮੈਂ ਚਾਚੀ ਹੁਣ ਤੂੰ ਜਾਨੀ ਹੈ ਤਾਂ ਪੁਲਿਸ ਨੂੰ ਫੋਨ ਲਾਵਾਂ ਵੀ ਪਟੇ ਦੇਖਾ ਕਿਹਦੇ ਪੈਂਦੇ ਨੇ ਉਹ ਪੁਲਿਸ ਤਾਂ ਤੁਹਾਡੀ ਖਰੀਦੀ ਹੋਈ ਹੈ ਹਨਾ ਸਾਡੀ ਤਾਂ ਖਰੀਦੀ ਹੋਈ ਹੈ ਮੇਰਾ ਤਾਂ ਉੱਥੇ ਚਾਚਾ ਹੈਗਾ ਮੈਂ ਤਾਂ ਚਾਚਾ ਉਹਦੇ ਘਰ ਆ ਕੇ ਹੋਊਗਾ ਸਾਡਾ ਸਰੀਕਾ ਹੈ ਹਾਂ ਸਰੀਕਾ ਸਰਮਰੀ ਮੰਦੀਆਂ ਤੁਸੀਂ ਸਿਰ ਸਾਡੇ ਤਾਂ ਚੜ ਗਏ ਅਸੀਂ ਤੁਹਾਨੂੰ ਛੜਵਾਤਾ ਨਾ ਹਾਂ ਚੱਲ ਕੋਈ ਨਹੀਂ ਤੂੰ ਹੁਣ ਵੇਖੀ ਮੜਿਆ ਹੁਣ ਪੰਜੀ ਦਾ ਮੋੜ ਤੈਨੂੰ ਮੈਂ ਦਿਖਾਉ ਤੂੰ ਹੁਣ ਦੇਖੀ ਚਾਚਾ
ਡਿੰਪਲ ਹਾਏ ਮੈਂ ਡਿੱਗ ਗਈ ਨੀ ਡਿੰਪਲ ਡਿੰਪਲ ਆਈ ਪੁੱਤ ਭੱਜ ਕੇ ਨੀ ਡਿੰਪਲ ਹਾਏ ਮੰਮੀ ਕੀ ਹੋ ਗਿਆ ਮੈਂ ਡਿੱਗ ਗਈ ਉੱਚੀ ਰੌਲਾ ਪਾ ਹਾਏ ਮੰਮੀ ਹਾਏ ਮੰਮੀ ਨੂੰ ਸੱਟ ਲੱਗ ਗਈ ਬੇ ਲੋਕੋ ਆ ਜਾਓ ਤਾਈ ਆ ਜਾ ਚਕਾ ਦੇ ਮੰਮੀ ਨੂੰ ਸੱਟ ਲੱਗ ਗਈ ਹਾਏ ਆ ਜਾ ਨੀ ਕੀ ਹੋ ਗਿਆ ਹਾਏ ਇਹੀ ਬਦਲੇ ਲੈਣੇ ਸੀ ਤੁਸੀਂ ਮੇਰੀ ਮਾਂ ਤੋਂ ਬੇ ਲੋਕੋ ਸੱਟ ਲੱਗ ਗਈ ਮਤਲਬ ਵੇਖ ਥੋੜਾ ਮੇਰੀ ਮਾਂ ਦੀ ਹੈ ਲੱਤ ਤੋੜ ਦੇਣੀ ਸੀ ਕੱਲਾ ਕੀ ਕਰੀ ਇੰਨੀ ਡਿੰਪਲ ਸੀ ਕੀ ਕੀਤਾ ਸੀ ਚਕਾਉਣਾ ਆ ਮੈਨੂੰ ਸਾਰਾ ਪਤਾ ਨਹੀਂ ਤੁਸੀਂ ਮੇਰੀ ਮਾਂ ਦੀ ਲੱਤ ਤੋੜਦੀ ਕੋਈ ਪਤਾ ਨਹੀਂ ਜੀਦਾ ਜਾਵੇ ਚਲ ਮਾਂ ਚੱਲ ਗਿਆ ਤਾਂ ਬੰਦ ਕਰਨੀ ਚੱਲ ਨਹੀਂ ਹੋ ਗਿਆ ਬੀਬੀ ਹਾਏ ਮਾਂ ਦੀ ਲੱਤ ਤੋੜਦੀ ਇਹਨਾਂ ਨੇ ਚੱਲ ਤਾਂ ਉਹੀ ਗੱਲ ਪਾਪੀ ਤੁਸੀਂ ਵੀ ਹੱਡੀਆਂ ਨਹੀਂ ਦੋਨੇ ਮੇਰੀ ਗੱਲ ਸੁਣ ਲੈ ਭਾਈ ਓ ਸੁਣੀ ਇਹ ਪਾਪੀ ਗੱਲ ਉਹੀ ਕੰਮ ਕਰਦਾ ਤੁਹਾਨੂੰ ਦੇਖ ਦੋਨਾਂ ਵਿਚਾਰਾਂ ਨੂੰ ਜੇਲ੍ਹ ਚ ਫਸਾਉ ਮੈਂ ਆ ਕੇ ਚਾਰਾਂ ਨੂੰ ਜੇਲ੍ਹ ਚ ਫਸਾਉ ਜੇਗਾ ਪੁੱਛਿਆ ਤਾਈ ਚਾਚੀ ਮੇਰੀ ਗੱਲ ਸੁਣ ਅਸੀਂ ਤੇਰੇ ਮਾਰੀਏ ਸੱਟ ਹੁਣ ਮਾਂ ਝੂਠ ਬੋਲਦੀ ਹੈਗੀ ਐਨੇ ਮਾਰੀ ਐ ਪਾਪੀ ਤੂੰ ਵੀ ਟਿਕੀ ਨਹੀਂ ਗਈ ਸਾਡਾ ਕਸੂਰ ਕੀ ਸੀ ਅਜੇ ਫੇਰ ਵੀ ਚੁੱਪ ਕਰਕੇ ਬੋਲਦੀ ਐ ਉਹ ਨਹੀਂ ਅਸੀਂ ਭਾਈ ਨਹੀਂ ਮਾਰੀ ਯਕੀਨ ਕਰ ਲੈ ਹੁਣ ਲੱਗੂਣਾ ਜੋ ਜੇਲ੍ਹ ਜਾਣਾ ਪੈ ਗਿਆ ਮਾਂ ਭਾਈ ਆ ਤਾਂ ਬਹੁਤ ਮਾੜੀ ਗੱਲ ਆ ਹੁਣ ਬਾਦਲਾ ਦੁਬਾਰੇ ਲੈਣਾ ਸੀਗਾ ਭਲਾ ਉਹ ਖੜਾ ਕਰਦਾ ਗੱਡੀ ਲਿਆ ਕੇ ਜੱਦੀ ਪੱਜ ਕੇ ਓਏ ਐਂਬੂਲੈਂਸ ਨੂੰ ਫੋਨ ਕਰ ਦੇ ਕੰਨੇ ਲੱਗਿਆ ਮੋਟਰਸਾਈਕਲ ਚਲਾਈ ਜਾ ਮੋਟਰਸਾਈਕਲ ਦਾ ਠੀਕ ਆ ਬਾਪੂ ਉਹ ਚੱਲ ਵੱਡਾ ਹੈਗਾ ਦੂਰ ਰੋ ਹੋ ਮੋਟਰਸਾਈਕਲ ਮੋਟਰਸਾਈਕਲ ਕਰ ਦੇ ਬਸ ਹੋ ਹਾਂ ਵਧੀਆ ਹੈ ਵਧੀਆ ਹੈ ਹੁਣ ਆ ਮੋਟਰਸਾਈਕਲ ਲੈ ਲਿਆ ਹੈ ਤਾਂ ਇਹ 2 ਮਹੀਨੇ ਪੁਰਾਣਾ ਕਿਸੇ ਨੂੰ ਵਿਆਹ 'ਚ ਦਿੱਤਾ ਸੀਗਾ ਉਹਦੇ ਪਸੰਦ ਨਹੀਂ ਆਇਆ ਉਹ ਕਟਾ ਗਿਆ ਏਜੰਸੀ 'ਚ ਚੱਲ ਵਧੀਆ ਹੋ ਗਿਆ ਫਿਰ ਆਪਾਂ ਨੂੰ ਸਸਤਾ ਮਿਲ ਗਿਆ ਹੋ ਹਾਂ ਹਾਂ ਬਾਪੂ ਬੜਾ ਸਕੀਮੀ ਹੈ ਨਾਲੇ ਮੇਰੀ ਗੱਲ ਸੁਣੀ ਘਰ 'ਚ ਸੁਣ ਸਰਾਂ ਜੀ ਕਿਵੇਂ ਲੱਗੀ ਹੈ ਕਿੱਧਰ ਗਏ ਹੋ ਉਹੀ ਦੱਸਦੇ ਆ ਤੁਹਾਨੂੰ ਗੱਲ ਨਾ ਪਤਾ ਕੀ ਹੋਇਆ ਹਾਂ ਖੜ ਜਾ 1 ਮਿੰਟ ਯਾਰ ਆ ਕੀ ਦਾ ਆ ਗਿਆ ਤੂੰ ਹੈਲੋ ਥਾਣੇ 'ਚੋਂ ਬੋਲਦੇ ਹੋ ਜੀ ਹਾਂ ਜੀ ਹਾਂ ਰਾਜ ਤਾਂ ਮੇਰਾ ਨਾਂ ਹੀ ਹੈ ਮੇਰੇ ਬਾਪੂ ਦਾ ਨਾਂ ਹੈ ਜੀ ਕਾਕਾ ਦਾ ਚੱਲ ਕੋਈ ਗੱਲ ਨਹੀਂ ਜੀ ਅਸੀਂ ਆਉਂਦੇ ਹਾਂ ਫਿਰ ਥਾਣੇ 'ਚ ਨਹੀਂ ਨਹੀਂ ਅਸੀਂ ਆਪ ਹੀ ਆ ਜਾਵਾਂਗੇ ਜੀ ਕੋਈ ਨਹੀਂ ਠੀਕ ਹੈ ਜੀ ਉਹ ਕੀ ਗੱਲ ਹੋ ਗਈ ਉਹ ਇਹਨਾਂ ਨੂੰ ਪੁੱਛ ਕੀ ਕਰਤਾ ਤੁਸੀਂ ਇਹ ਥਾਣੇ ਕਿਵੇਂ ਵਗੇ ਅਸੀਂ ਤਾਂ ਕੁਛ ਨਹੀਂ ਕੀਤਾ ਜੀ ਮੇਰੀ ਗੱਲ ਸੁਣ ਲਓ ਉੱਥੇ ਬੈਠੀ ਨਾ ਚਾਚੀ ਨਾ ਰੌਲਾ ਪਾਈ ਜਾਂਦੀ ਸੀ ਕਿ ਮੇਰੀ ਲੱਤ ਤੇ ਸੱਟ ਵੱਜੀ ਡਿੰਪਲ ਰੌਲਾ ਪਾਈ ਜਾਂਦੀ ਸੀ ਕਿ ਮੇਰੀ ਮਾਂ ਨੂੰ ਚੁਕਾ ਦੂੰ ਅਸੀਂ ਦੋਵੇਂ ਵਾਗੀਆਂ ਨੂੰ ਸੱਸ ਅਸੀਂ ਜਦੋਂ ਉੱਥੇ ਗਈਆਂ ਤੇ ਉਹ ਉਲਟਾ ਸਾਡੇ ਦੀ ਪੈ ਗਈ ਕਿ ਤੁਸੀਂ ਮੇਰੀ ਮਾਂ ਦੀ ਲੱਤ ਤੋੜਤੀ ਹਰਜੀਤ ਕਹਿੰਦਾ ਸੀਗਾ ਨਾ ਤੁਹਾਡੇ ਚਾਰਾਂ ਤੇ ਪਰਚਾ ਕਟਾਉ ਮੈਂ ਚੱਕ ਕੇ ਥਾਪਾ ਮਾਰਿਆ ਗੋਡੇ ਤੇ ਫਿਰ ਵਧੀਆ ਕਰਿਆ ਸੀਗਾ ਵਧੀਆ ਕਰਿਆ ਨਜ਼ਾਰਾ ਉਹ ਕੀ ਵਧੀਆ ਕੀਤਾ ਬਾਪੂ ਯਾਰ ਤੂੰ ਵੀ ਸਹਿਣਾ ਦੇਈ ਜਾਂਦਾ ਇਹਨਾਂ ਨੂੰ ਤੰਗ ਕਰਦੇ ਹੁਣ ਪੈਂਦਾ ਪੈ ਜਾਂਦੇ ਕੇਸ ਯਾਰ ਉਹ ਕੀ ਕਰੀ ਜਾਂਦਾ ਕੀ ਕਰਾਂਗੇ ਫਿਰ ਹੁਣ ਉਹ ਸੱਦੀ ਜਾਂਦੇ ਨੇ ਨਾ ਵੱਜਾ ਸਮਾਰ ਕੇ ਵੱਜਾ ਭਾਈ ਹਾਂ ਉਹਦੀ ਲੱਤ ਤੋੜਤੀ ਮੈਂ ਚਾਚੇ ਨੂੰ ਫੋਨ ਵੀ ਲਾ ਲਿਆ ਮੇਰੇ ਨੂੰ ਜਿਹੜੇ ਐਸਐਚਓ ਨੇ ਉਹ ਕਹਿੰਦਾ ਕੋਈ ਗੱਲ ਨਹੀਂ ਕੁੜੀ ਤੁਸੀਂ ਪੇਸ਼ ਨਾ ਹੋਇਓ ਉਹਨੇ ਕਿਹਾ ਕਹਿੰਦਾ ਉਹਨਾਂ ਨੂੰ ਕਹਦੇ ਮੇਰੇ ਕੋਲੇ ਆ ਜਾਣ ਮੇਰੇ ਨਾਲ ਕੇ ਗੱਲ ਕਰ ਲੈਣ ਪੇਸ਼ ਹੋਣ ਦੀ ਲੋੜ ਨਹੀਂ ਕੋਈ ਨਹੀਂ ਮੈਂ ਤੁਹਾਡੇ ਤਾਂ ਨਾਂ ਆਪ ਹੀ ਕੱਢ ਦੂੰਗਾ ਨਾ ਤੁਹਾਡੇ ਮੇਰੀ ਗੱਲ ਸੁਣ ਬਾਪੂ ਆਪਾਂ ਜਾ ਕੇ ਸਰਪੰਚ ਨੂੰ ਕਹਿੰਦੇ ਆਗੇ ਉਹਦੇ ਨਾਲ ਕਰਦੇ ਆ ਗੱਲ ਇਹਦੇ ਚਾਚੇ ਨੂੰ ਫੇਰ ਲਾ ਲਈ ਫੋਨ ਤੂੰ ਨਾਲੇ ਨਾਲੇ ਤਾਂ ਕਰ ਲੈਣੇ ਆ ਸਰਪੰਚ ਨਾਲ ਗੱਲ ਥਾਣੇ 'ਚ ਨਹੀਂ ਆਪਾਂ ਜਾਂਦੇ ਹਜੇ ਹਾਂ ਚੱਲ ਫਿਰ ਮੇਰੀ ਗੱਲ ਸੁਣ ਇੱਥੇ ਘਰੇ ਨਾ ਬੈਠਾ ਜਾ ਖੜਾ ਹੋ ਜਾ ਉਹ ਤੇਰੇ ਚਾਚੇ ਸਹੁਰੇ ਨੂੰ ਲਾ ਫੋਨ ਉਹਨੂੰ ਮਿਲਦੇ ਆ ਪਹਿਲਾਂ ਆਪਾਂ ਚੱਲ ਆ ਜਾ ਰਾਹ 'ਚ ਲਾ ਲਾਂਗੇ ਜਾਂਦੇ ਜਾਂਦੇ ਆ ਜਾ ਕੇ ਨਾ ਫਟਾਫਟ ਠੀਕ ਆ ਬਾਪੂ ਧਿਆਨ ਨਾਲ ਜਾਇਓ ਚਾਚੇ ਕੋਲੇ ਵਗ ਜਾਓ ਸਿੱਧੇ ਕੋਈ ਨਾ ਕੋਈ ਨਾ ਕੋਈ ਇੱਥੇ ਆਇਆ ਬੋਲੇ ਬੋਲੇ ਨਾ ਅੰਦਰ ਬਹਿ ਜਾਓ ਨਾ ਨਾ ਕੋਈ ਨਹੀਂ ਅਸੀਂ ਚਾਚੇ ਨੂੰ ਕਿਹਾ ਗਾ ਉਹ ਕਹਿੰਦਾ ਕੋਈ ਨਹੀਂ ਆਉਣ ਦਿੰਦਾ ਮੈਂ ਕੋਲ ਸਾਰੇ ਗੱਲ ਆ ਜਰਿਆ ਤਾਂ ਮੋਟਰਸਾਈਕਲ ਨਹੀਂ ਗਿਆ ਵੀ ਅੱਜ ਇਹ ਲਿਆਉਣਗੇ ਸਾਰਾ ਧੂਤ ਕੜਾ ਐਂ ਪਾਇਆ ਉਹਨੇ ਮਾਂ ਮੇਰੀ ਗੱਲ ਸੁਣ ਮੈਨੂੰ ਤਾਂ ਨਾ ਉਹ ਜਮਾ 1% ਵੀ ਅਫਸੋਸ ਨਹੀਂ ਵੀ ਮੈਥੋਂ ਉਹਦੇ ਥਾਪਾ ਵੱਜਿਆ ਮੈਂ ਤਾਂ ਜਮਾ ਮਾਰਿਆ ਤਾਂ ਜੋੜ ਚਾ ਜੇ ਉਹਦਾ ਟੁੱਟ ਗਿਆ ਹੋਵੇ ਪਤਾ ਕੀ ਗੱਲ ਹੈਗੀ ਊਂ ਹੁਣ ਆਇਆ 6 ਮਹੀਨੇ ਬੈਠੀ ਤਾਂ ਰਹੂਗੀ ਨਹੀਂ ਲਹੂ ਪੀ ਰੱਖਿਆ ਸੀ ਜਿਹੜਾ ਕੁਛ ਉਹ ਦੇਖੀ ਜਾਊ ਇੰਨਾ ਮੈਨੂੰ ਮੇਰੇ ਚਾਚੇ ਤੇ ਭਰੋਸਾ ਵੀ ਆਪਣਾ ਨਾਂ ਉਹ ਆਉਣ ਨਹੀਂ ਦਿੰਦਾ ਹੈਗਾ ਗਾ ਜੇ ਕੋਈ ਗੱਲ ਹੋ ਗਈ ਉਸਨੇ ਤੇਰੇ ਬਾਪੂ ਨੂੰ ਬਿਠਾ ਦੇਣਗੇ 6 ਮਹੀਨੇ ਜੇਲ੍ਹ ਚੋਂ ਚੱਲ ਕੋਈ ਨਹੀਂ ਆਪਾਂ ਬਾਪੂ ਨੂੰ ਵੀ ਕਿਉਂ ਬਿਠਾਵਾਂਗੇ ਪੈਸਿਆਂ ਦੇ ਭੁੱਖੇ ਨੇ ਉਹ ਉਹਨੂੰ ਆਏ ਆਗਾ ਵੀ ਉਦੋਂ ਸਾਡਾ 1.5 ਲੱਖ ਲੱਗਿਆ ਆਪਾਂ 5 ਲਾਉਂਦੇ ਨਹੀਂ ਚਾਹੇ ਬਾਪੂ ਤੇ ਫਿਰ ਪਵਾਉਣਾ ਪੈ ਜੇ ਦੇਖੀ ਜਾਂਦੇ ਠੰਨੀ ਹਾਂ ਜਿਆਦੇ ਚਾਂਬੜੀ ਹੋਈ ਹੈ ਉਹੀ ਘਰੇ ਆ ਕੇ ਢਾਉਂਦੀ ਸੀ
ਮੰਮੀ ਕਿਵੇਂ ਆ? ਮੰਮੀ ਨੂੰ ਤਾਂ ਪਤਾ ਨਹੀਂਗਾ, ਅਗਲੀ ਨੇ ਸਗੜਾਂ ਚ ਭਾਂਤੀ ਮਾਰ ਕੇ ਥਾਪਾ। ਸਗੜਾਂ ਚ ਕੀ ਹੁੰਦਾ? ਉਹ ਚੱਪਣੀ ਦੇ ਚਾਰ ਟੋਟੇ ਕਰਤਾ। ਓਏ ਬੂ ਮੈਂ ਮਰ ਜਾ, ਇਹਨਾਂ ਨੇ ਸਿਆਪਾ ਇਹਨਾਂ ਦਾ ਬਹਿਜੇ ਫੇੜਾ, ਸਾਰਾ ਡੱਪਰ ਇਹਨਾਂ ਦਾ ਮਰਜੇ ਕੰਜਰਾਂ ਦਾ। ਹੁਣ ਇੱਥੋਂ ਮਾਨਸਾ ਜਵਾਬ ਹੈ ਤਾਂ ਭੰਡੇ ਲਿਆਣੀ ਪਊਗੀ, ਨਾਲ ਤਾਂ ਕੱਢ ਕੇ ਦੇ ਮੈਨੂੰ ਬਿਸਤਰਾ ਤੇ ਮੇਰੀ ਗੱਲ ਸੁਣ ਲਾ, ਇਹਨਾਂ ਦੇ ਚਾਰਾਂ ਦੇ ਪਰਚਾ ਪਵਾਵਾਂਗੇ ਆਪਾਂ। ਹਾਂ ਤੁਸੀਂ ਗੱਲ ਕੀਤੀ ਸੀ ਪੁਲਿਸ ਸਟੇਸ਼ਨ ਦੇ? ਉੱਥੇ ਸੀਗਾ ਥਾਣੇਦਾਰ, ਉੱਥੇ ਸੀ, ਉਸ ਨੇ ਗਾਹ ਤੋਰਿਆਗਾ। ਅੱਛਾ ਚੰਗਾ, ਮੇਰੀ ਗੱਲ ਸੁਣੋ, ਫਿਰ ਡਾਕਟਰ ਕੀ ਕਹਿੰਦਾ, ਕਿੰਨੇ ਕੁ ਪੈਸੇ ਲੱਗ ਜਾਣਗੇ ਹੁਣ? ਪੈਸੇ ਤਾਂ 2-3 ਲੱਖ ਰੁਪਏ ਲੱਗੂ, ਆਪਰੇਸ਼ਨ ਹੋਊਗਾ। ਮੰਮੀ ਵੀ ਬੈਬਤਾਂ ਦੀ ਭਰੀ ਹੋਈ ਆ, ਹੜਦੀ ਨੀ ਹੈਗੀ। ਮੈਂ ਤੁਹਾਨੂੰ ਗੱਲ ਦੱਸਦੀ ਹਾਂ, ਇਹ ਚੰਗੀ ਭਲੀ ਪਾਣੀ ਲੈ ਕੇ ਆਈ, ਉੱਥੇ ਡਿੱਗ ਗਈ ਇਹ। ਫਿਰ ਜਦੋਂ ਮੈਨੂੰ ਕਹਿੰਦੀ ਬੁਲਾ ਬੁਲਾ ਸ਼ਰੀਕਾਂ ਨੂੰ ਬੁਲਾ, ਜਦੋਂ ਮੈਂ ਉਹਨਾਂ ਨੂੰ ਆਵਾਜ਼ਾਂ ਮਾਰੀ, ਫਿਰ ਕਹਿੰਦੀ ਕਹਿ ਵੀ ਇਹਨਾਂ ਨੇ ਲੱਤ ਤੋੜੀ ਆ। ਇਹ ਮੰਮੀ ਬਥੇਰੀ ਚਲਾਕ ਆ, ਪਹਿਲਾਂ ਤਾਂ ਉਹਨੇ ਕੁਛ ਨਹੀਂ ਕਿਹਾ ਸੀਗਾ, ਫਿਰ ਉਹਨੇ ਨਾ ਹਰਕੀ ਹੋਈ ਨਾ ਉਹਦੀ ਲੱਤ ਤੇ ਮਾਰੀ ਆ। ਉਹ ਤਾਂ ਤੂੰ ਵੀ ਨੀ ਦੱਸਿਆ ਮੈਨੂੰ ਵੀ ਇਹ ਬੈਬਤਾਂ ਕਰਦੇ, ਤੂੰ ਵੀ ਨਾਲ ਰਲਦੀ ਉਹਦੇ? ਇਹ ਤਾਂ ਮੰਮੀ ਦੇ ਪਾਏ ਹੋਏ ਸਿਆਪੇ ਨੇ ਜੀ, ਮੈਂ ਤਾਂ ਆਪ ਮੰਮੀ ਦੇ ਪਿੱਛੇ ਲੱਗ ਜਾਂਦੀ ਹਾਂ। ਆ ਛੋੜੋ, ਸਿਆਪਿਆਂ ਨੇ ਘਰ ਪਟਤਾ, ਨਹੀਂ ਤਾਇਆ ਸੀ ਮੇਰਾ ਉਹ, ਕੀ ਲੋੜ ਸੀ, ਤੂੰ ਸ਼ਰੀਕ ਬਣਾ ਕੇ ਰੱਖਤਾ, ਤੂੰ ਵੀ ਮਾਂ ਦੇ ਮਗਰ ਲੱਗੇ ਨੇ, ਉਹ ਜਿਹਾ ਮੇਰਾ ਪਿਓ ਆ, ਮੈਂ ਦੱਸ ਕੱਲਾ ਕੀ ਕਰਾਂ? ਕੱਲਾ ਕੀ ਕਰਾਂ, ਚੱਲ ਕੋਈ ਗੱਲ ਨਹੀਂ, ਹੁਣ ਟੁੱਟ ਗਈ ਨਾ ਮੰਮੀ ਦੀ ਲੱਤ, ਹੁਣ ਜਦੋਂ 6 ਮਹੀਨੇ ਉੱਠਿਆ ਨਾ ਗਿਆ, ਫਿਰ ਐਂ ਲੱਗੂਗਾ ਉਹਨੂੰ ਪਤਾ, ਜਿਵੇਂ ਪਾਥੀਆਂ ਦੇ ਉੱਤੇ ਕੁੱਕੜ ਫਿਰਦਾ। ਉਹ ਤੂੰ ਵੀ ਰਹਿ ਜਾ, ਤੂੰ ਵੀ ਕਿਵੇਂ ਕੋਟ ਕਿੜਲੇ ਵਾਂਗੂ ਰੰਗ ਬਦਲ ਲੈਂਦੀ ਬਿੰਦਕ ਪਿੱਛੋਂ। ਫਿਰ ਮੈਂ ਹੁਣ ਕੀ ਕਰਾਂ, ਮਾਂ ਦੀ ਪਿੱਛੇ ਤਾਂ ਫਿਰਨਾ ਹੀ ਪਊਗਾ। ਨਾਲ ਕੰਬਲ ਕੱਢ, ਨਾਲ 10-20 ਹਜ਼ਾਰ ਰੁਪਏ ਦੇ, ਚੱਲ ਚੱਲ ਇੱਥੇ ਖੜੀ ਕੀ ਭਾਲ ਦੇ। ਹਾਂ ਚੰਗੀ ਨੀ ਹੈਗੀ, ਜਿਹੜਾ ਕੁਛ ਤੂੰ ਬੋਲੀ ਜਾਂਦਾ ਨਾ, ਜਿਹੜੇ ਤੇਰੇ ਕੋਲੇ ਖੜੀ, ਇਹਨੂੰ ਸਾਰਾ ਕੁਛ ਪਤਾ ਵੀ ਕੀ ਹੋਇਆ ਕੀ ਨਹੀਂ ਹੋਇਆ। ਜੇ ਗੱਲ ਸੱਚੀ ਹੋਈ, ਚਾਹੇ ਤੁਹਾਡੀ ਜ਼ਮੀਨ ਵਿਕ ਜੇ, ਚਾਹੇ ਫਿਰ ਸਾਡੀ ਵਿਕ ਜੇ, ਹੁੰਦੀ ਆ ਸਜ਼ਾ ਹੋ ਜੇ। ਫਿਰ ਇਸੇ ਗੱਲ ਤੇ ਰਹੋ, ਜਿਹਨੇ ਤੁਸੀਂ ਸੱਟ ਮਾਰੀ ਨਾ, ਭਗਤ ਨਹੀਂ ਸੋ ਭਗਤ ਨਹੀਂ ਸੋ, ਸ਼ਰਾਫ ਲੱਗੂਗਾ ਸ਼ਰਾਫ ਦਾ। ਕੀੜੇ ਪੈਣਗੇ ਕੀੜੇ। ਹਾਂ ਸਾਵਾਸ਼ੇ ਤੇਰੇ ਸਾਵਾਸ਼ੇ, ਪਤਾ ਹੀ ਆ ਤੈਨੂੰ ਵੀ ਤੇਰੀ ਮਾਂ ਕਿੰਨੀ ਕੁ ਭਗਤਣੀ ਆ, ਉਹਨੇ ਤਾਂ ਸਾਡਾ ਜੀਣਾ ਆਰਾਮ ਕਰ ਰੱਖਿਆ ਸੀ, ਨਾਲੇ ਤੂੰ ਕੀ ਬੋਲਦੀ ਆ ਨੀ, ਅਸੀਂ ਕੀੜੇ ਪੈ ਕੇ ਮਰੋਗੇ, ਤੂੰ ਬਚ ਗਈ ਨਾ ਮੈਥੋਂ, ਗਲਤੀ ਤਾਂ ਇਹੀ ਹੋ ਗਈ ਵੀ ਤੇਰੀ ਚੱਪੜੀ ਕਿਉਂ ਨਾ ਤੋੜੀ। ਮੇਰਾ ਕੀ ਕਸੂਰ ਸੀ ਨੀ, ਕਿੰਨਾ ਬੋਲੀ ਜਾਂਦੀ ਆ, ਚਲੋ ਜੀ ਤੁਸੀਂ ਇਹਨਾਂ ਦੇ ਮੂੰਹ ਨਾ ਲੱਗੋ। ਤੇ ਮੈਂ ਤਾਂ ਜਾਣਦਾ ਗਾ, ਤੂੰ ਕਰੇ ਖਿਆਲ ਰੱਖੀ, ਮੇਰਾ ਤੇ ਨਹੀਂ ਪਤਾ 3-4 ਦਿਨ ਲੱਗ ਜਾਣਾ। ਹਾਂ ਠੀਕ ਹੈ, ਟਾਈਮ ਵੀ ਨਾ ਲੜੀ ਜੀ ਇਹਨਾਂ ਦਾ, ਤੇ ਤੂੰ ਵੀ ਆਵੇ ਚੱਪੜੀ ਬਣਾ ਲੈ। ਮੈਂ ਤਾਂ ਇਹਦੇ ਮੂੰਹ ਵੀ ਨਹੀਂ ਲੱਗਦੀ। ਕੁੜੇ ਪੁੱਤ, ਮੈਨੂੰ ਤਾਂ ਐਂ ਲੱਗਦਾ ਹੈ ਜਿਹੜੀ ਬਠਿੰਡੇ ਨੂੰ ਦਾਖਲ ਕਰਤੀ ਨਾ, ਉੱਥੇ ਭੇਜਤੀ ਵੀਰ, ਇਹਦੇ ਤਾਂ ਸੱਟ ਖਾਸੀ ਹੋਊਗੀ। ਇਹ ਤਾਂ ਗੱਲ ਮਾਂ ਤੇਰੀ ਸੱਚ ਹੈ, ਸੱਟ ਤਾਂ ਉਹਦੇ ਮੈਨੂੰ ਲੱਗਦਾ ਖਾਸੀ ਵੱਜੀ, ਮੈਥੋਂ ਵੀ ਉਦੋਂ ਨਾ ਥਾਪਾ ਜ਼ੋਰ ਦੀ ਉਹਦੀ ਚੱਪੜੀ ਤੇ ਵੱਜਿਆ। ਹੋਰ ਕੁੜੇ ਪੁੱਤ ਨਾ ਹੀ ਮਾਰਦੀ, ਕਿੱਥੇ ਟਾਂਟਾ ਖੜਾ ਕਰ ਲਿਆ ਤਾਂ ਵੀ। ਮਾਂ ਟਾਂਟੇ ਦੀ ਗੱਲ ਨਹੀਂ ਸੀ, ਮੈਂ ਕਾਹਨੂੰ ਮਾਰਦੀ ਸੀ, ਹਰੇਕ ਗੱਲ ਜਰੀ ਜਾਂਦੇ ਸੀ, ਗੱਲ ਕਰ ਜਾ ਮੈਨੂੰ ਸਿਰੋਂ ਪਾਣੀ ਲੰਘਾਤਾ ਸੀ ਚਾਚੀ ਨੇ ਵੀ। ਚੱਲ ਕੋਈ ਨੀ, ਹੁਣ ਰੱਬ ਰਾਖਾ ਵਾਹਿਗੁਰੂ ਠੀਕ ਕਰਦੀ ਚਾਚੀ ਨੂੰ, ਮਾਫ਼ ਕਰੀ, ਮੈਂ ਮਾਰਨਾ ਨੀ ਚਾਹੁੰਦੀ ਸੀ ਉਹਦੇ। ਆ ਜਾ ਫਿਰ ਮਗਰੋਂ ਤਾਂ ਜਿਹੜੀ ਬਣੂ ਤੇਰਾ ਤਾਂ ਹੰਗਾਰ ਜਾਂ ਢਾਂਟ ਕਰਦਾ। ਆਓ ਆ ਗਏ ਤੇ ਉਹ ਜਦੋ ਤੁਸੀਂ ਆਉਣਾ ਹੋਇਆ ਕਹਿੰਦਾ ਇੱਕ ਵਾਰੀ ਤੁਸੀਂ ਟਲ ਜਾਓ, ਮੇਰੀ ਗੱਲ ਸੁਣ, ਸਾਡਾ ਬੈਗ ਪੈਕ ਕਰ, ਅਸੀਂ ਕਿਸੇ ਪਾਸੇ ਜਾਂਦੇ ਆ। ਮੇਰੀ ਗੱਲ ਸੁਣ, ਜਦੋਂ ਪੁਲਿਸ ਘਰੇ ਆਈ ਹੈ ਨਾ, ਅਸਲ ਮੈਂ ਤਾਂ ਆਉਂਦੀ ਨੀ ਪੁਲਿਸ, ਜੇ ਆਈ ਤਾਂ ਉਹਦੇ ਪਿਆਰ ਨਾਲ ਬੋਲਿਓ ਉਹਨਾਂ ਨਾਲ। ਨਹੀਂ ਨਹੀਂ, ਅਸੀਂ ਕਿਹੜਾ ਲੜਨਾ ਗਾ, ਅਸੀਂ ਤਾਂ ਪਿਆਰ ਨਾਲ ਹੀ ਗੱਲ ਕਰਾਂਗੇ। ਤਾਂ ਚਾਚਾ ਕਹਿੰਦਾ ਸੀ, ਕਹਿੰਦਾ ਮੈਂ ਘਰੇ ਪੁਲਿਸ ਭੇਜਦਾ ਨਹੀਂ ਹੈਗਾ। ਚੱਲ ਸ਼ੁਕਰ ਮਨਾਓ ਸਾਡਾ ਨਾਂ ਕੱਢ ਤਾ, ਹੁਣ ਤੁਹਾਡਾ ਦੋਵਾਂ ਦਾ ਰਹਿ ਗਿਆ। ਹਾਂ ਸਾਡਾ ਦੋਨਾਂ ਦਾ ਰਹਿ ਗਿਆ, ਸਰਪੰਚ ਸਾਡੇ ਪਹਿਲਾਂ ਤਾਂ ਸਾਡੇ ਗਲ ਪੈ ਗਿਆ, ਕਹਿੰਦਾ ਯਾਰ ਤੁਹਾਡਾ ਤਾਂ ਰੋਜ਼ ਦਾ ਹੀ ਕਲੇਸ਼ ਹੈ ਇਹ, ਕਹਿੰਦਾ ਮੈਂ ਨਹੀਂ ਜਾਂਦਾ ਹੈਗਾ। ਫਿਰ ਚੱਲ ਅਸੀਂ ਦੀਆਂ ਮਿੰਨਤਾਂ ਜਿਹੀਆਂ ਕੀਤੀਆਂ, ਕਹਿੰਦਾ ਚੱਲ ਕੋਈ ਨਹੀਂ ਮੈਂ ਵੀ ਕਰੂੰਗਾ ਫੋਨ, ਕਹਿੰਦਾ ਥਾਣੇ 'ਚ। ਚੱਲ ਕੋਈ ਨਹੀਂ, ਫਿਰ 1-2 ਦਿਨਾਂ ਨੂੰ ਗੱਲ ਠੰਡੀ ਪੈ ਜੂਗੀ। ਹੁਣ ਫਿਰ ਤੁਸੀਂ ਕਿੱਥੇ ਜਾਓਗੇ? ਉਹ ਜਾਵਾਂਗੇ ਭੂਆ ਕੋਲੇ ਵਗ ਜਾਗੇ। ਮੇਰੀ ਗੱਲ ਸੁਣ, ਪਤਾ ਕੀ ਹੈ, ਇਹਦੇ ਸੱਟ ਵਾਹਵਾ ਵੱਜੀ, ਬਠਿੰਡੇ ਨੂੰ ਤੋਰਦੀ ਇਹ। ਹਾਂ ਉਹ ਤਾਂ ਆਇਆ ਸੀਗਾ ਘਰੇ ਮੇਰੇ ਨਾਲ ਬੋਲ ਕੇ ਗਿਆ, ਕਹਿੰਦਾ ਤੁਹਾਨੂੰ ਜੇਲ ਕਰਾਉ, ਚਾਹੇ ਮੇਰਾ ਕਿੱਲਾ ਬੋਇਕ ਜੇ ਐਂ ਹੋ ਜੇ, ਵਾਹਵਾ ਕੁਛ ਬੋਲ ਕੇ ਗਿਆ ਹਰਜੀਤ। ਚੱਲ ਮੇਰੀ ਗੱਲ, ਬਾਹਲੀਆਂ ਗੱਲਾਂ ਨਾ ਮਾਰ, ਮੇਰਾ ਬੈਗ ਲਿਆ ਚੱਕ ਕੇ, ਨਾਲੇ ਬਾਪੂ ਦੇ 2 ਸੂਟ ਪਾ ਦੇ, ਨਾਲੇ ਮੇਰੇ ਪਾ ਦੇ, ਅਸੀਂ ਜਾਈਏ। ਮੇਰੀ ਗੱਲ ਸੁਣੋ ਭੂਆ ਕੋਲੇ ਗੱਲ ਦੱਸਣ ਦੀ ਕੀ ਲੋੜ ਆ ਤੁਹਾਨੂੰ, ਤੁਸੀਂ ਉੱਥੇ ਵਗ ਜਾਓ ਨਾ, ਪਿੰਡ ਵਗ ਜਾਓ। ਹੋਰ ਪੁੱਤ ਐਂ ਕਰੋ, ਤੇਰੇ ਸਹੁਰੀ ਜਾ, ਬਾਪੂ ਦੇ 2-2 ਸੂਟ ਪਾ, ਚੱਲ ਕੋਈ ਨੀ, ਕੱਪੜਾ ਲੀੜਾ ਤਾਂ ਵੱਧ ਚੰਗੇ ਹੀ ਰਹਿੰਦਾ। ਮੇਰੀ ਗੱਲ ਸੁਣ,
ਬੜਾ ਘਰ ਦੀ ਰੱਖਿਓ ਗੌਰ ਤੇ ਜੇ ਕੋਈ ਬਾਹਰ ਬੂਰ ਖੜਕਾਵੇ ਬਾਹਰ ਨਾ ਖੋਲਿਓ ਕੋਈ ਨਾ ਚਿੰਤਾ ਨਾ ਕਰੋ ਅਸੀਂ ਐ ਬੋਲੀਆਂ ਨਹੀਂ ਹੈਗੀਆਂ ਕਿਸੇ ਕਿਤੇ ਨਹੀਂ ਬਾਹਰ ਪੁੱਛੇ ਓਏ ਆ ਜਾ ਬਾਪੂ ਯਾਰ ਛੱਡ ਪਰੇ ਗੱਲਾਂ ਨੂੰ ਜੇ ਉਦੋਂ ਜਾਏਗਾ ਜਦੋਂ ਟੰਗ ਲਿਆ ਕੇ ਇੱਥੇ ਵਾਹ ਖੁੰਦਾ ਯਾਰ ਚੱਲ ਕੋਈ ਨਹੀਂ ਨਾ ਬਾਪੂ ਵਾਲ ਚੱਲ ਉਹਦਾ ਬੈਗ ਮਾਰ ਕੇ ਇੱਕ ਜਰਾ ਮਿੰਟ ਮਰੇ ਹੂੰ ਸਮਝਾ ਬੰਨ ਕੇ ਟੱਪ ਜਾ ਪਿੰਡ ਚੋਂ ਕੋਈ ਗੱਲ ਨਹੀਂ ਬੇਬੇ ਕੋਈ ਨਹੀਂ ਬਹਿ ਗਿਆ ਬਹਿ ਗਿਆ ਬਹਿ ਗਿਆ ਓਏ ਕਰ ਲੈ ਸਟਾਰਟ ਕੇ ਕੋਈ ਕੋਈ ਨਹੀਂ ਹੋ ਜੂ ਰਾਮ ਨਾਲ ਹੀ ਨਾ ਹੋਈ ਜਾਇਓ ਚੰਗਾ ਚੰਗਾ जी दोस्तों सत श्री अकाल हुणे हुणे तुसीं साडी वीडियो देख के हटे हो वीडियो किहो जी लगी अपने विचार कमेंटां दे विच जरूर दस्या करो जिहड़े दोस्तां ने हजे तक चैनल सबसक्राइब नहीं किया वो चैनल नूं जरूर सबसक्राइब कर लो नाल दित्ती बैल जरूर दबा लिया करो तां जो तुहाडे कोले साडियां नवीं नवीं वीडियो की नोटिफिकेशन पहुँच सके साडियां वीडियोज़ तुहानूं किहो जिहियां लगियां सानूं तुहाडियां खूबसूरत टिप्पणियां की बड़ी बेसबरी दे नाल उड़ीक रहिंदी है सत श्री अकाल जी।